ਧਾਨਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਜੋ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਹੈ ਅਮਰਿਤਪਾਲ ਸਿੰਘ ਦੇ ਬਾਰੇ ਉਹ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਕੁਝ ਸਪਸ਼ਟ ਕਰਨੀ ਹੈ ਚੀਜ਼ ਜੋ ਕਿ ਬਹੁਤ ਜ਼ਰੂਰੀ ਹੈ ਅਮਰਿਤਪਾਲ ਦੇ ਡੇਰੇ ਵਿੱਚ ਕੀ ਕੁਝ ਚੱਲਦਾ ਆ ਇੱਕ ਨੌਜਵਾਨ ਅਮਰਿਤਪਾਲ ਸਿੰਘ ਦੇ ਕੋਲੋਂ ਆ ਕੇ ਖੁਲਾਸੇ ਕਰਦਾ ਹੈ ਤੇ ਉਹਨਾਂ ਨੇ ਵੀਡੀਓ ਜਿਹੜੀ ਹੈ ਜਾਰੀ ਕੀਤੀ ਹੈ ਤੇ ਉਸ ਸੱਚ ਵੀਡੀਓ ਦਾ ਮੈਂ ਤੁਹਾਡੇ ਸਾਹਮਣੇ ਰੱਖਣਾ ਆ ਸਾਰੇ ਜਣੇ ਫਤਿਹ ਬਲਾਓ ਆਰੰਭ ਤੱਕ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਕਿਰਪਾ ਕਰਨ ਸਾਡੇ ਵਿੱਚ ਏਕਤਾ ਤੇ ਭਾਈਚਾਰਕ ਸਾਂਝ ਜਿਹੜੀ ਹੈ ਨਾ ਉਹ ਬਣੀ ਰਹੇ ਉਹ ਕਦੇ ਨਾ ਟੁੱਟੇ ਜਿਹੜੇ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਜਿਹੜੇ ਲੋਕ ਦਿਨ ਰਾਤ ਜਿਨ੍ਹਾਂ ਦਾ ਜੋਰ ਲੱਗਿਆ ਪਿਆ ਵੀ ਇਹਨਾਂ ਨੂੰ ਤੋੜ ਦਈਏ ਕਿਸੇ ਤਰੀਕੇ ਨਾਲ ਤੋੜ ਦਈਏ ਕਿਸੇ ਤਰੀਕੇ ਇਹਨਾਂ ਨੂੰ ਖਤਮ ਕਰ ਦਈਏ ਉਹ ਲੋਕ ਆਪਦੇ ਮਨਸੂਬਿਆਂ ਦੇ ਵਿੱਚ ਕਦੇ ਵੀ ਕਾਮਯਾਬ ਨਾ ਹੋਣ ਕਦੇ ਵੀ ਉਹ ਲੋਕ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੋਣ ਤੇ ਕਦੇ ਵੀ ਉਹਨਾਂ ਲੋਕਾਂ ਦੀ ਜਿਹੜੀ ਹੈ ਮਾਨਸਿਕਤਾ ਰੰਗਤ ਨਾ ਲੈ ਕੇ ਆਵੇ ਸੋ ਅਮਰਤਪਾਲ ਸਿੰਘ ਨੂੰ ਵਦਨਾਮ ਕਰਨ ਦੀਆਂ ਸਾਜ਼ਿਸ਼ਾਂ ਕੋਝੀਆਂ ਚਾਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਏਜੰਸੀਆਂ ਦਾ ਸਰਕਾਰਾਂ ਦਾ ਜ਼ੋਰ ਲੱਗਿਆ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਨੂੰ ਬੰਦ ਕਰੀਏ ਇਹ ਜਿਹੜਾ ਪ੍ਰਚਾਰ ਕਰਦੇ ਨੇ ਉਹਨੂੰ ਬੰਦ ਕਰੀਏ ਇਹਦਾ ਪ੍ਰਚਾਰ ਬੰਦ ਕਰਾ ਦਈਏ ਇਹਨੂੰ ਬੰਦ ਕਰ ਦਈਏ ਇਹ ਪੰਜਾਬ ਦੇ ਵਿੱਚੋਂ ਜਿਨ੍ਹਾਂ ਦਾ ਵਸਤ ਲੈ ਨੇ ਇਹਨੂੰ ਪੰਜਾਬ ਦੇ ਵਿੱਚੋਂ ਹੀ ਕੱਢ ਦਈਏ ਅਸੀਂ ਸਭ ਤੋਂ ਵੱਧ ਜ਼ੋਰ ਹੈ ਜੀ ਵਿਕਰਮ ਮਜੀਠੀਏ ਦਾ ਉਹ ਬੰਦਾ ਪਾਵਰ 'ਚ ਨਹੀਂ ਹੈਗਾ ਸੱਤਾ 'ਚ ਨਹੀਂ ਹੈਗਾ ਨਹੀਂ ਤੇ ਉਹ ਕਾਦਾ ਆਪਣੇ ਵੱਲੋਂ ਕੋਈ ਨਾ ਕੋਈ ਚਾਲ ਖੇਡ ਦਿੰਦਾ ਸਭ ਤੋਂ ਵੱਡੀ ਚਾਲ ਹੈ ਉਸ ਬੰਦੇ ਦੀ ਹਾਂਜੀ ਵੀਰ ਜੀ ਹੁਣ ਮੈਂ ਇੱਕ ਬੇਨਤੀ ਜਿਹੜੀ ਐ ਸਾਂਝੀ ਕਰ ਦੇਵਾਂ ਕਿ ਉਹ ਬੰਦੇ ਨੇ ਚਾਲ ਖੇਡੀ ਅਮਰਤਪਾਲ ਦੇ ਖਿਲਾਫ ਜ਼ਹਿਰ ਉਗਲੇਆ ਕਾਂਗਰਸ ਦੇ ਕਈ ਆਗੂ ਆਗੂ ਜਿਹੜੇ ਨੇ ਰਾਜਾ ਵੜਿੰਗ ਹੋਵੇ ਜਾਂ ਫਿਰ ਗੁਰਜੀਤ ਹੌਸਲਾ ਹੋਵੇ ਜਾ ਫਿਰ ਸੁਖ ਸੁਖਜਿੰਦਰ ਰੰਧਾਵਾ ਹੋਵੇ ਜਾਂ ਫਿਰ ਰਵਨੀਤ ਬਿੱਟੂ ਹੋਵੇ ਜਾਂ ਹੋਰ ਕਈ ਇੱਕੜ ਦੁੱਕੜ ਜਿਹੜੇ ਹੈਗੇ ਨੇ ਨਾ ਇਹ ਲੋਕ ਸਾਰੇ ਇਕੱਠੇ ਹੋ ਕੇ ਚਾਹੇ ਸ਼ੀਤਲੰਗੁਰਾਲ ਹੋਵੇ ਆਮ ਆਦਮੀ ਦਾ ਚਾਹੇ ਕੋਈ ਹੋਰ ਹੋਵੇ ਇਹ ਲੋਕਾਂ ਦਾ ਜੋਰ ਇਨਾਂ ਨੂੰ ਲੱਗਿਆ ਹੋਇਆ ਹੈ ਕਿ ਅਮਰਤਪਾਲ ਸਿੰਘ ਨੂੰ ਜੇ ਵਾਸ ਚੱਲੇ ਨਾ ਇਹ ਇੱਕ ਸਕਿੰਟ ਦੇ ਵਿੱਚ ਮਰਵਾ ਦੇਣ ਇੱਕ ਸਕਿੰਟ ਦੇ ਵਿੱਚ ਪੰਜਾਬ ਦੇ ਵਿੱਚ ਉਹ ਖਤਮ ਕਰ ਦੇਣੇ ਇਹ ਲੋਕ ਇਹ ਸਾਰੀਆਂ ਚੀਜ਼ਾਂ ਨੇ ਨਾ ਵਿੱਦ ਪਲਾਨ ਨੇ ਹਾਲੇ ਤਾਂ ਇਹਨਾਂ ਦਾ ਵਾਸ ਨਹੀਂ ਚੱਲ ਰਿਹਾ ਸੰਗਤ ਕਰਕੇ ਇਹ ਲੋਕ ਜਿਹੜੇ ਨੇ ਨਾ ਬੇਵਸ ਹੋਏ ਪਏ ਨੇ ਸੰਗਤ ਕਰਕੇ ਬੇਵਸੀ ਹੈ ਇਹਨਾਂ ਲੋਕਾਂ ਦੀ ਨਹੀਂ ਤਾਂ ਕਾਦੇ ਇਹ ਲੋਕ ਚੱਕ ਦਿੰਦੇ ਇਧਰੋਂ ਆਇਆ ਕਰ ਦੋ ਜੀ ਫਲਾਣਾ ਕਰ ਦੋ ਜੀ ਟਿਕੜਾ ਕਰ ਦੋ ਇਹ ਕਾਦੇ ਲੋਕ ਜਿਹੜੇ ਨਾ ਇੱਕ ਚਾਲਾਂ ਖੇਡ ਖੇਡ ਕੇ ਖਤਮ ਕਰ ਦਿੰਦੇ ਕਾਦਾ ਕੰਮ ਖਰਾਬ ਹੋ ਜਾਂਦਾ ਪਰ ਪਰਮਾਤਮਾ ਨੇ ਸ਼ੁਕਰ ਕੀਤਾ ਕਿ ਸਾਨੂੰ ਬਚਾ ਕੇ ਰੱਖਿਆ ਅਜੇ ਤੱਕ ਤੇ ਮੈਂ ਬੇਨਤੀ ਜਿਹੜੀ ਸਾਂਝੀ ਕਰਾਂਗਾ ਇਹਨਾਂ ਲੋਕਾਂ ਨੇ ਨਵੇਂ ਤਰੀਕੇ ਕੱਢੇ ਬਦਨਾਮ ਕਰਨ ਦੇ ਖਾਲਸਾ ਵਹੀਰ ਦੇ ਨਾਲ ਪੈਸੇ ਇਕੱਠੇ ਕਰਦੇ ਜੀ ਉਹ ਖਾਲਸਾ ਵਹੀਰ ਨਾਲ ਐ ਕਰਦਾ ਜੀ ਉਹ ਨੌਜਵਾਨਾਂ ਨੂੰ ਭੜਕਾਉਂਦਾ ਜੀ ਉਹ ਹਥਿਆਰ ਲੈ ਕੇ ਚੱਲਦਾ ਜੀ ਉਹ ਐ ਕਰਦਾ ਜੀ ਰਵਨੀਤ ਬਿੱਟੂ ਬੋਲਦਾ ਕਿ ਉਹ ਦਰਬਾਰ ਸਾਹਿਬ ਰਫਲਾਂ ਲੈ ਕੇ ਜਾਂਦਾ ਜੀ ਉਦੋਂ ਚੰਗੇ ਸੀ ਜਦੋਂ ਤੁਹਾਡੀਆਂ ਸਰਕਾਰਾਂ ਨੇ ਟੈਂਕ ਚੜ੍ਹਾਤੇ ਤਹਾਡੀਆਂ ਸਰਕਾਰਾਂ ਨੇ ਉੱਥੇ ਗੋਲੀਆਂ ਚਲਾਈਆਂ ਤੇ ਗੁਰੂ ਘਰ ਦਾ ਮਲੀਆਂ ਮੇਟ ਕਰਨ ਦੀ ਜਿਹੜੀ ਹੈ ਸਾਜ਼ਿਸ਼ ਕੀਤੀ ਤੇ ਉੱਥੇ ਕਿੰਨਾ ਵੱਡਾ ਨੁਕਸਾਨ ਕੀਤਾ ਉਦੋਂ ਚੰਗੇ ਸੀ ਉਦੋਂ ਨਹੀਂ ਬੇਦਵੀ ਹੋਈ ਗੁਰੂ ਦੇ ਸਾਹਮਣੇ ਜੀ ਬੰਦੂਕਾਂ ਲੈ ਕੇ ਜਾਂਦੇ ਗੁਰੂ ਦੇ ਸਾਹਮਣੇ ਤੇ ਕੀ ਛੇਵੇਂ ਪਾਤਸ਼ਾਹ ਦੇ ਵੇਲੇ ਖੁਦ ਬੰਦੂਕਾਂ ਦਾ ਚੜਾਵਾ ਚੜਦਾ ਰਿਹਾ ਹਥਿਆਰਾਂ ਦਾ ਸ਼ਸਤਰਾਂ ਦਾ ਘੋੜਿਆਂ ਦਾ ਹਾਥੀਆਂ ਦਾ ਬੋਤਿਆਂ ਦਾ ਚੜਾਵਾ ਚੜਦਾ ਰਿਹਾ ਅੰਮ੍ਰਿਤਸਰ ਅਸੀਂ ਕਿਤੇ ਕੀ ਕਿਹੜੀ-ਕਿਹੜੀ ਗੱਲ ਨੂੰ ਝੂਠਾ ਸਾਬਤ ਕਰਨ ਦੇ ਵਿੱਚ ਜ਼ੋਰ ਲਾਵਾਂਗੇ ਸ਼ਸਤਰ ਕੀ ਹੈ ਸ਼ਸਤਰ ਰੱਖ ਕੇ ਕਿਸੇ ਦੇ ਜ਼ੁਰਮ ਕਰਨਾ ਪਾਪ ਹੈ ਸ਼ਸਤਰ ਰੱਖ ਕੇ ਆਪਣੀ ਆਤਮ ਰੱਖਿਆ ਤੇ ਕਿਸੇ ਦੇ ਉੱਤੇ ਹੁੰਦਾ ਜ਼ੁਲਮ ਰੋਕਣਾ ਇਹ ਖਾਲਸੇ ਦਾ ਧਰਮ ਹੈ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਹੀ ਸਿਖਾਇਆ ਹੈ ਤੇ ਹੁਣ ਇਹਨਾਂ ਨੇ ਕੀ ਕਹਿੰਦੇ ਜੀ ਅਮਰਤਪਾਲ ਦੇ ਨਾਲ ਜਿਹੜੇ ਨੌਜਵਾਨ ਚੱਲਦੇ ਨੇ ਉਹਨਾਂ ਨੌਜਵਾਨਾਂ ਨੂੰ ਗਲਤ ਰਸਤੇ ਤੇ ਤੋਰਿਆ ਜਾਂਦਾ ਹੈ ਨਵਾਂ ਹੀ ਤਰੀਕਾ ਕੱਢ ਲਿਆ ਹੈ ਉਹ ਨੌਜਵਾਨਾਂ ਨੂੰ ਅਮਰਤਪਾਲ ੜਕਾਉਂਦਾ ਜੀ ਉਹਨਾਂ ਦਾ ਮਾਈਂਡ ਵਾਸ਼ ਕਰਦਾ ਜੀ ਕਹਿੰਦੇ ਡੇਰੇ ਦੇ ਵਿੱਚ ਅਹਿਮ ਨਸ਼ਾ ਵਰਤਦੇ ਜੀ ਉੱਥੇ ਆਏ ਹੁੰਦਾ ਜੀ ਫਲਾਣਾ ਹੁੰਦਾ ਜੀ ਕੀ ਹੁੰਦਾ ਤੁਹਾਨੂੰ ਪਤਾ ਕਦੇ ਗਏ ਹੋ ਤੁਸੀਂ ਉੱਥੇ ਜਾ ਕੇ ਵੇਖਿਆ ਕਦੇ ਤੁਸੀਂ ਉੱਥੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਐਵੇਂ ਆਪਣੇ ਕੋਲੋਂ ਮਨ ਕਢੰਤ ਕਹਾਣੀਆਂ ਘੜ ਘੜ ਕੇ ਲੋਕਾਂ ਨੂੰ ਦੱਸੀ ਜਾਣਗੇ ਐ ਨਹੀਂ ਬਦਨਾਮ ਹੁੰਦੇ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਵਿੱਚ ਕਿੰਨਾ ਜ਼ੋਰ ਲਾਇਆ ਜੀ ਇਹਨਾਂ ਲੋਕਾਂ ਨੇ ਤੁਹਾਨੂੰ ਪਤਾ ਹੀ ਹੈ ਤੁਹਾਡੇ ਤੋਂ ਤਾਂ ਕੁਝ ਲੁਕਿਆ ਹੈ ਨਹੀਂ ਕਿਸਾਨੀ ਅੰਦੋਲਨ ਨੂੰ ਕਿੰਨਾ ਬਦਨਾਮ ਕੀਤਾ ਬਦਨਾਮ ਤਾਂ ਨਹੀਂ ਹੋਇਆ ਉਥੇ ਨਿਹੰਗ ਸਿੰਘਾਂ ਨੂੰ ਬਦਨਾਮ ਕਰਨ ਦੀ ਕਿੰਨੀ ਵੱਡੀ ਕੋਸ਼ਿਸ਼ ਕੀਤੀ ਬਦਨਾਮ ਤਾਂ ਨਹੀਂ ਹੋਏ ਨਿਸ਼ਾਨ ਸਾਹਿਬ ਲੈ ਕੇ ਚਲੇ ਜਾਓ ਜੀ ਇੱਥੋਂ ਆਏ ਹੋ ਜੋ ਜੀ ਫਟਾਫਟ ਨਿਕਲ ਜੋ ਜੀ ਇੱਥੋਂ ਆਏ ਹੋ ਜੋ ਜੀ ਕੁਝ ਤਾਂ ਨਹੀਂ ਹੋਇਆ ਤੇ ਅੱਜ ਕਿਸਾਨੀ ਮੋਰਚਾ ਭਾਵੇਂ ਅਸੀਂ ਜਿੱਤ ਆਏ ਪਰ ਜਿਹੜਾ ਚੰਡੀਗੜ੍ਹ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਨਾ ਇਹ ਸਾਰੀਆਂ ਚੀਜ਼ਾਂ ਉਹਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਇਹਨਾਂ ਨੂੰ ਪਤਾ ਹੈ ਵੀ ਜੇ ਅਮਰਤਪਾਲ ਨੂੰ ਖਤਮ ਕਰਤਾ ਕਿਸਾਨੀ ਮੋਰਚੇ ਦੀ ਅੱਧੀ ਤਾਕਤ ਖਤਮ ਹੋ ਜਾਊਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਖਤਮ ਹੋ ਜਾਊਗੀ ਤੇ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮੰਗ ਰਹੀ ਸੰਗਤ ਚੁੱਪਚਾਪ ਕਰਕੇ ਬੈਠ ਜਾਊਗੀ ਜੇ ਇਹਨਾਂ ਦਾ ਮੋਢੀ ਤੋੜਤਾ ਚਾਲਾਂ ਤੇ ਇਹ ਨੇ ਸਾਰੀਆਂ ਵਾਹਿਗੁਰੂ ਦਾ ਸਿਮਰਨ ਕਰਨ ਦਾ ਵਾਹਿਗੁਰੂ ਦਾ ਸਿਮਰਨ ਹੁੰਦਾ ਸੱਚੇ ਨਾਮ ਦੀ ਗੱਲ ਹੁੰਦੀ ਹੈ ਪਰਮਾਤਮਾ ਨਾਲ ਜੋੜਨ ਦੀ ਗੱਲ ਹੁੰਦੀ ਹੈ ਡੇਰੇ ਦੇ ਵਿੱਚ ਤੇ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਕੱਢ ਕੇ ਗੁਰੂ ਨਾਲ ਜੋੜਨ ਦੀ ਗੱਲ ਹੁੰਦੀ ਹੈ ਤੇ ਹੋਰ ਗੱਲਾਂ ਹੁੰਦੀਆਂ ਨੇ ਤੇ ਇਹ ਇਹ ਲੋਕ ਨਾ ਜਾਣ ਬੁੱਝ ਕੇ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਵੀ ਐਂ ਕਰ ਦੋ ਬਦਨਾਮ ਹੋਰ ਤਾਂ ਆਪਣੇ ਕੋਲ ਕੋਈ ਤਰੀਕਾ ਹੈ ਨਹੀਂ ਜਿਵੇਂ ਇੱਕ ਦੂਜੇ ਨੂੰ ਲੀਡਰ ਬਦਨਾਮ ਕਰਦੇ ਨੇ ਫਲਾਣਾ ਐ ਜੀ ਠਿਕੜਾ ਐ ਜੀ ਸਟੇਜਾਂ ਤੇ ਬਦਨਾਮ ਕਰਦੇ ਨੇ ਅੰਦਰੋਂ ਕਿਉਂ ਖਿਚੜੀ ਹੁੰਦੇ ਨੇ ਪਰ ਇਹ ਲੋਕ ਏ ਭੁੱਲ ਜਾਂਦੇ ਨੇ ਕਿ ਜਿਨ੍ਹਾਂ ਦਾ ਰਾਖਾ ਗੁਰੂ ਹੋਵੇ ਉਹਨਾਂ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਜਿਸ ਦਾ ਸਾਹਿਬ ਡਾਡਾ ਹੋਵੇ ਤਿਸ ਨੂੰ ਮਾਰ ਨਾ ਸਾਕਿਆ ਕੋਈ ਉਹਨੂੰ ਮਾਰਨ ਦੀ ਗੱਲ ਦੂਰ ਤੇ ਉਹਦੀ ਬਦਨਾਮੀ ਵੀ ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦੇ ਤੁਸੀਂ ਬਾਲ ਨਾ ਵਿੰਗਾ ਹੋ ਆ ਵਿੱਚ ਕਰਤਾ ਪੁਰਖ ਖਲੋਆ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜੋ ਜਿਨ੍ਹਾਂ ਦੇ ਗੁਰੂ ਅੰਗ ਸੰਗ ਹੋਵੇ ਨਾ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਲੋਕ ਤੇ ਭਾਵੇਂ ਸਾਰੇ ਇਕੱਠੇ ਹੋ ਜੋ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਅਮਰਤਪਾਲ ਐ ਕਰਦਾ ਜੀ ਨੌਜਵਾਨ ਦੱਸਦੇ ਨੇ ਜੀ ਆਪਣੇ ਕੋਲੇ ਬੰਦੇ ਇਕੱਠੇ ਕਰਕੇ ਪਲਾਂਟਡ ਬੰਦੇ ਆਏ ਹੁੰਦਾ ਜੀ ਇਹ ਅਮਰਤਪਾਲ ਕੋਲੋਂ ਆਇਆ ਤੇ ਉਹਦਾ ਕੋਈ ਸਬੂਤ ਹੈਗਾ ਵੀ ਅਮਰਤਪਾਲ ਕੋਲੇ ਕਿਹੜੇ ਸਨ ਚ ਗਿਆ ਤੇ ਉਹਨੂੰ ਸਾਡੇ ਕੋਲ ਲਿਆਵੋ ਉਹਨੂੰ ਪੁੱਛੀਏ ਕਿਹੜੀ ਤਾਰੀਖ ਨੂੰ ਗਿਆ ਸੀ ਕੀ ਕਰਨ ਗਿਆ ਸੀ ਅਮਰਤਪਾਲ ਕੋਲ ਵੀਡੀਓ ਪਾ ਪਾ ਕੇ ਜਾਰੀ ਕਰਦੇ ਨੇ ਸੋਸ਼ਲ ਮੀਡੀਆ ਤੇ ਬਦਨਾਮ ਕਰਨ ਦੀਆਂ ਕੋਸ਼ਿਸ਼ ਇਹ ਸਾਰੀਆਂ ਚਾਲਾਂ ਇਹਨਾਂ ਦੀਆਂ ਨੇ ਹਜੇ ਤੱਕ ਅਮਰਤਪਾਲ ਬੇਦ ਆ ਗਿਆ ਹਾਲੇ ਤੱਕ ਅਮਰਪਾਲ ਤੇ ਕੋਈ ਦਾਗ ਨਹੀਂ ਹੈਗਾ ਇਹ ਗੱਲ ਯਾਦ ਰੱਖਿਓ ਇਹਨਾਂ ਲੋਕਾਂ ਨੇ ਇਹ ਸਾਰੀਆਂ ਸਾਜ਼ਿਸ਼ਾਂ ਘੜੀਆਂ ਹੋਈਆਂ ਨੇ ਇਹਨਾਂ ਲੋਕਾਂ ਦੀ ਬਦੌਲਤ ਹੀ ਇਹ ਸਾਰਾ ਕੁਝ ਹੋਇਆ ਹੋਇਆ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਉਹ ਬੰਦਾ ਹਜੇ ਤੱਕ ਬੇਦਾਗ ਹੈ ਉਹਦੇ ਤੇ ਕੋਈ ਦਾਗ ਨਹੀਂ ਹੈਗਾ ਬਿਲਕੁਲ ਬੇਦਾਗ ਹੈ ਉਹ ਬੰਦਾ ਇਹ ਯਾਦ ਰੱਖਿਓ ਜੀ ਸੋ ਸਾਰੀ ਸੰਗਤ ਇਹਨਾਂ ਗੱਲਾਂ ਤੋਂ ਸੁਚੇਤ ਰਹੇ ਸੰਗਤ ਦੇ ਮਨਾਂ ਵਿੱਚ ਇਹ ਲੋਕ ਦੁੱਬਦਾ ਪਾਉਣੀ ਚਾਹੁੰਦੇ ਨੇ ਕੌਮੀ ਇਨਸਾਫ ਮੋਰਚੇ ਦਾ ਡਟ ਕੇ ਸਾਥ ਦਿਈਏ ਆਸੇ-ਪਾਸੇ ਤੁਹਾਨੂੰ ਪੜਕਾਇਆ ਵੀ ਜਾਊਗਾ ਤੇ ਉਹ ਗੱਲਾਂ ਤੋਂ ਜ਼ਰੂਰ ਸੁਚੇਤ ਰਹੋ ਤੇ ਕੌਮੀ ਇਨਸਾਫ ਮੋਰਚੇ ਦਾ ਇਸ ਤਰ੍ਹਾਂ ਸਾਥ ਦਿੰਦੇ ਰਹੀਏ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ